31 दिसंबर ਨੂੰ 99 ਸਾਲ ਦੇ ਫੰਕਸ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਇਹੜਾ ਰੋਡ ਸ਼ੋਅ ਕੀਤਾ ਜਾ ਰਿਹਾ। ਸ਼ਹਿਰਾਂ ਵਿੱਚ ਲੋਕ ਰਾਤ ਨੂੰ ਬੜਾ ਜਸ਼ਨ ਕਰਦੇ ਨੇ, ਖੁਸ਼ੀ ਦਾ ਮਾਹੌਲ ਹੁੰਦਾ, ਹੋਟਲਾਂ 'ਚ ਰੈਸਟੋਰੈਂਟ ਦੇ ਵਿੱਚ ਵੀ ਸਾਰੇ ਜਿਹੜੇ ਫੰਕਸ਼ਨ ਇਹ ਬੜੇ ਸ਼ਾਂਤੀਪੂਰਵਕ ਢੰਗ ਨਾਲ ਨਿਬੜ ਜਾਣ। ਇਸ ਕਰਕੇ ਅਸੀਂ ਅੱਜ ਰੋਡ ਸ਼ੋਅ ਕਰਨ ਜਾ ਰਹੇ ਹਾਂ। ਇਹ ਮਾਣਯੋਗ SSP ਸੰਗਰੂਰ ਦੀ ਹਦਾਇਤਾਂ ਦੇ ਮੁਤਾਬਕ ਹੋ ਰਿਹਾ। ਉਸ ਤੋਂ ਬਾਅਦ ਇਹਨਾਂ ਦੀ ਨਾਕਾਬੰਦੀ ਕੀਤੀ ਜਾਊਗੀ ਸ਼ਹਿਰ ਦੇ ਵਿੱਚ, ਅਤੇ ਰਾਤ ਨੂੰ ਪੈਟਰੋਲਿੰਗ ਪਾਰਟੀ ਅਤੇ ਸਾਡੇ ਜਿਹੜੇ ਇੰਚਾਰਜ ਨੇ SHO ਸਿਟੀ ਇੰਚਾਰਜ, ਇਹ ਸਾਰੇ ਆਪਣੇ ਇਲਾਕੇ 'ਚ ਰਹਿਣਗੇ ਤਾਂ ਕਿ ਲੋਕ ਆਪਣਾ ਸ਼ਾਂਤੀਪੂਰਵਕ ਢੰਗ ਦੇ ਨਾਲ ਇਹ ਮਨਾ ਸਕਣ। ਸਰ, ਇਹ ਜਿਹੜਾ ਰੋਡ ਸ਼ੋਅ ਕੱਢਿਆ, ਕਿਹੜੇ ਕਿਹੜੇ ਪਿੰਡਾਂ 'ਚ, ਕਿੰਨੇ ਕੁ ਪਿੰਡਾਂ 'ਚ ਜਾਏਗਾ? ਇਹ ਤਕਰੀਬਨ ਸਾਰੇ ਪਿੰਡਾਂ 'ਚ ਜਾਏਗਾ ਸਾਡੇ। ਪਹਿਲਾਂ ਸ਼ਹਿਰ ਦੇ ਵਿੱਚ ਪੈਦਲ ਕੀਤਾ ਜਾਊਗਾ, ਉਸ ਤੋਂ ਬਾਅਦ ਗੱਡੀਆਂ 'ਚ ਸਾਰੇ ਪਿੰਡਾਂ ਦੇ ਵਿੱਚ ਕੀਤਾ ਜਾਊਗਾ। ਉਹ ਪਿੰਡ ਜਿਹੜੇ ਜ਼ਿਆਦਾ ਵੱਡੇ ਨੇ ਜਾਂ ਜਿਨ੍ਹਾਂ ਪਿੰਡਾਂ ਦੇ ਵਿੱਚ ਛੋਟੇ ਮੋਟੇ ਕੋਲ ਰੈਸਟੋਰੈਂਟ ਹੈਗੇ, ਉਹਨਾਂ 'ਤੇ ਜ਼ਿਆਦਾ ਤਵੱਜੋ ਦਿੱਤੀ ਜਾਊ। ਕੀ ਰੈਸਟੋਰੈਂਟ ਚੈਕਿੰਗ ਵੀ ਕੀਤੀ ਜਾਏਗੀ? ਚੈਕਿੰਗ ਅਸੀਂ ਕਰਦੇ ਰਹਿੰਦੇ ਹਾਂ, ਜਿੱਥੇ ਲੋੜ ਪਊਗੀ ਜ਼ਰੂਰ ਕਰਾਂਗੇ ਉਹਨਾਂ ਦੀ।